ਉੱਥੇ ਤਾਂ ਕਮਾਲ ਸੀ ਭਾਜੀ, ਐ ਲੱਗਦਾ ਸੀ ਜਿਵੇਂ ਕੈਨੇਡਾ ਕਨੂਡਾ ਤੁਰੇ ਫਿਰਦੇ ਆ। ਅੱਛਾ, ਮਤਲਬ ਇੰਨੀਆਂ ਵਧੀਆ ਅੱਛੀਆਂ ਸੜਕਾਂ, ਮੋਟਰਵੇ ਬਣੇ ਹੋਏ ਸੀ ਬਹੁਤ ਸੋਹਣੇ, ਔਰ ਗੱਡੀਆਂ ਐਨ ਵਧੀਆ ਸਪੀਡ ਤੇ ਚੱਲਦੀਆਂ, ਕੋਈ ਹਲੋਰਾ ਨੀ, ਕੋਈ ਜੰਪ ਨੀ। ਮੈਂ ਦੇਖਦੇ ਮੈਂ ਕਿਹਾ ਯਾਰ ਆਪਾਂ ਪਾਕਿਸਤਾਨ ਆਏ ਆ, ਵੀ ਪਤਾ ਤਾਂ ਕਰ ਲਓ ਵੀ ਆਪਾਂ ਤਾਂ ਗੱਲਾਂ ਹੀ ਸੁਣੀਆਂ ਨੇ, ਵੀ ਕਹਿੰਦੇ ਏਦਾਂ ਨੀ। ਪਰ ਬਹੁਤ ਅੱਛਾ ਉਹਨਾਂ ਨੇ ਬਣਾਇਆ ਹੋਇਆ ਸੀਗਾ, ਔਰ ਬਹੁਤ ਵਧੀਆ ਐਨ ਪ੍ਰੋਪਰ ਹਰ ਜਗ੍ਹਾ ਤੇ ਜਿੱਥੇ ਰੁਕਦੇ ਸੀ ਗੱਡੀ ਉਤਰਦੀ ਸੀ, ਪ੍ਰੋਪਰ ਰੈਸਟ ਰੂਮ ਬਣੇ ਹੋਏ ਸੀਗੇ, ਵਾਸ਼ਰੂਮ ਜਾਓ ਉੱਥੇ ਖਾਣ ਪੀਣ ਨੂੰ ਬਣਾਇਆ ਹੋਇਆ ਸੀਗਾ, ਸਾਰੀਆਂ ਚੀਜ਼ਾਂ ਸੀ, ਔਰ ਬਾਥਰੂਮ ਬੜੇ ਬਹੁਤ ਹੀ ਵਧੀਆ ਬਣੇ ਹੋਏ ਸੀਗੇ ਰੋਡਾਂ ਦੇ ਉੱਤੇ ਸਾਈਡਾਂ ਤੇ ਨਿਕਲ ਕੇ, ਔਰ ਸੜਕ ਦੇ ਉੱਤੇ ਮੋਟਰਵੇ ਤੇ ਕੋਈ ਪਿੰਡ, ਕੋਈ ਆਲਤੂ ਫਾਲਤੂ, ਕੋਈ ਗਾਂ ਬੱਚਾ ਕੱਟਾ ਕੁਛ ਨਹੀਂ ਆਸਦਾ, ਸੈਪਰੇਟ ਮੋਟਰਵੇ ਬਣੇ ਹੋਏ ਨੇ ਉਹਨਾਂ ਦੇ।